ਅਸੀਂ ਸਾਰੇ ਸ਼ਬਦ ਵਰਤਨੇ ਆ ਕਿ ਅਸੀਂ ਸਿਜਦਾ ਕਰਨੇ ਆ, ਪਰ ਉਹਨਾਂ ਮਹਾਨ ਸ਼ਹੀਦਾਂ ਨੂੰ ਕੌਮ ਯਾਦ ਕਰੇਗੀ, ਨਾ ਕੋਈ ਦੀਵਾਰ ਬਣਾਏ, ਨਾ ਕੋਈ ਤਸਵੀਰ ਲਾਏ। ਚੇਤੇ ਰੱਖੋ, ਲੋਕ ਇੱਕ ਤਸਵੀਰ ਤੋਂ ਰੌਲਾ ਪਾਉਂਦੇ ਸਨ। ਬਾਬਾ ਜਰਨੈਲ ਸਿੰਘ ਦੀ ਤਸਵੀਰ ਹਰ ਨੌਜਵਾਨ ਦੇ ਸੀਨੇ ਉੱਤੇ ਉਕਰੀ ਗਈ, ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਉਹ ਮਹਾਨ ਸ਼ਹੀਦ ਇੱਕ ਡਰਾਈਵਰ ਗੱਡੀ ਚਲਾ ਰਿਹਾ, ਜੋ ਹਾਲਾਤ ਬਣੇ ਹੋਏ ਨੇ, ਉਹਦੇ ਕੇਸ ਕੋਈ ਨਹੀਂ, ਪਰ ਉਹਨੇ ਆਪਣੇ ਟਰੱਕ ਦੇ ਸ਼ੀਸ਼ੇ ਉੱਤੇ ਵੀ ਬਾਬਾ ਜਰਨੈਲ ਸਿੰਘ ਦੀ ਤਸਵੀਰ ਲਾਈ ਹੈ। ਉਸ ਵੇਲੇ ਕਿੰਨੇ ਧਰਮ ਦੇ ਆਗੂ ਸਨ, ਖਿਮਾ ਕਰਿਓ, ਆਪਣੇ ਵਿੱਚੋਂ ਕਈ ਸਨ ਜਿਹੜੇ ਉਸ ਵੇਲੇ ਅਗਵਾਈ ਕਰਦੇ ਸਨ, ਉਹਨਾਂ ਦੀ ਤਸਵੀਰ ਕਿਸੇ ਨੇ ਲਾਈ? ਬਾਬਾ ਜਰਨੈਲ ਸਿੰਘ ਦੀਆਂ ਤਸਵੀਰਾਂ ਵਿਕ ਰਹੀਆਂ ਨੇ, ਬਾਬਾ ਜਰਨੈਲ ਸਿੰਘ ਦੇ ਤਸਵੀਰਾਂ ਦੇ ਕੱਪੜੇ ਵਿਕ ਰਹੇ ਨੇ, ਬਾਬਾ ਜਰਨੈਲ ਸਿੰਘ ਦੇ ਸਟਿੱਕਰ ਲੋਕ ਲੈ ਰਹੇ ਨੇ, ਦੂਜਿਆਂ ਦੇ ਕਿਉਂ ਨਹੀਂ? ਕਿਉਂਕਿ ਜਿਹੜੇ ਜਿਉਂਦੇ ਵਿਕ ਜਾਂਦੇ ਨੇ ਉਹਨਾਂ ਦੀਆਂ ਤਸਵੀਰਾਂ ਕਦੇ ਨਹੀਂ ਵਿਕਦੀਆਂ, ਜਿਹੜੇ ਸ਼ਹਾਦਤ ਦਾ ਜਾਮ ਪੀਂਦੇ ਨੇ ਉਹਨਾਂ ਦੇ ਨਾਂ ਤੇ ਕੱਪੜੇ ਵੀ ਵੇਚਦੇ ਹੁੰਦੇ। ਉਸ ਮਹਾਨ ਮਹਾਂਪੁਰਖ ਨੇ ਜਿਉਂਦੇ ਜੀ ਕੋਈ ਸਮਝੌਤਾ ਨਹੀਂ ਕੀਤਾ, ਜੋ ਸ਼ਬਦ ਆਪਣੀ ਜ਼ਬਾਨ ਤੋਂ ਕਿਹਾ ਸਚਾਈ ਇਹ ਵੇ ਸੂਰ ਵੀਰ ਬਚਨ ਕੇ ਬਲੀ ਨੇ, ਉਹ ਸ਼ਬਦ ਸੱਚ ਕਰਕੇ ਦਿਖਾਇਆ। ਜੋ ਨਾ ਕਿਹਾ ਸ਼ਹਾਦਤ ਦਾ ਜਾਮ ਪੀਤਾ, ਪਰ ਚੇਤੇ ਰੱਖਿਓ ਦਮਦਮੀ ਟਕਸਾਲ ਦੇ ਇਤਿਹਾਸ ਵਜੋਂ ਲਿਖੇ, ਬਾਕੀ ਭਾਈ ਸਾਹਿਬ ਜਾਣਨਗੇ। 101 ਪਾਠ ਮਹਾਂਪੁਰਖ ਜਪਜੀ ਸਾਹਿਬ ਦਾ ਹਲ ਵਾਂਧਿਆਂ ਕਰਦੇ ਸਨ। ਇੰਨੀ ਵੱਡੀ ਬੰਦਗੀ ਹੋਵੇ ਤਾਂ ਸ਼ਹਾਦਤ ਹੁੰਦੀ ਹੈ? ਇਹ ਤਾਂ ਫਿਰ ਗੁਰੂ ਕਿਰਪਾ ਕਰੇ, ਇੰਨਾ ਜਪ, ਇੰਨਾ ਤਪ, ਇੰਨੀ ਬੰਦਗੀ, ਫਿਰ ਆਪਣੇ ਗੁਰੂ ਲਈ ਇੰਨਾ ਅਕੀਦਾ, ਇੰਨਾ ਭਰੋਸਾ। ਲੋਕੀ ਭਾਵੇਂ ਪੜ੍ਹੇ ਲਿਖੇ ਕਹਿੰਦੇ ਸਨ, 5 ਜਮਾਤਾਂ ਪੜ੍ਹੇ, 4 ਜਮਾਤਾਂ ਪੜ੍ਹੇ, ਉੱਥੇ PhD ਕਰਨ ਵਾਲਿਆਂ ਦੇ ਵੀ ਸਿਰ ਝੁੱਕ ਜਾਂਦੇ ਸਨ, ਕਿਉਂਕਿ ਉੱਥੇ ਬੰਦਗੀ ਬੋਲਦੀ ਹੈ, ਸਿਮਰਨ ਬੋਲਦਾ ਹੈ। ਉਸ ਮਹਾਨ ਮਹਾਂਪੁਰਸ਼ ਨੂੰ ਅੱਜ ਆਪਾਂ ਸਾਰਿਆਂ ਨੇ ਸ਼ਹਾਦਤ ਦੇ ਸੁਮਨ ਭੇਟ ਕੀਤੇ ਨੇ, ਪਰ ਇੱਕ ਮੈਂ ਬੇਨਤੀ ਸਿਰਫ ਤੁਹਾਡੇ ਚਰਨਾਂ ਚ ਕਰਨੀ ਹੈ, ਅਖੀਰ ਇੱਕ ਉਦਾਹਰਨ ਦੇ ਕੇ ਕਿ ਵਕਤੀ ਤੌਰ ਤੇ ਜਿਹੜੇ ਅੱਜ ਦਸਮ ਦੀ ਗੱਲ ਚੱਲੀ, ਸੰਤ ਬਾਬਾ ਜਰਨੈਲ ਸਿੰਘ ਜੀ ਦੀ ਬਚਿੱਤਰ ਨਾਟਕ ਦੀ ਕਥਾ ਹੈ, ਸੁਣੀਏ ਆਪਾਂ। ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦੀ ਜਾਪ ਸਾਹਿਬ ਦੀ ਕਥਾ ਹੈ। ਉਹ ਬੈਨਰ ਬਾਬਾ ਜਰਨੈਲ ਸਿੰਘ ਦਾ ਲਾਉਂਦੇ ਨੇ ਤੇ ਜਿਸ ਨੂੰ ਮੰਨਦੇ ਪਏ ਨੇ ਉਹਦੇ ਤੇ ਅਕੀਦਾ ਵੀ ਕਰਨ, ਉਹ ਦਸਮ ਦੀ ਬਾਣੀ ਨੂੰ ਆਪਣੇ ਸੀਨੇ ਤੋਂ ਪਿਆਰ ਕਰਦਾ ਸੀ। ਦਸਮ ਦੀ ਬਾਣੀ ਪੜ੍ਹਨ ਵਾਲਾ ਹੀ ਸ਼ਹੀਦ ਹੋਇਆ, ਕਿਹੜਾ ਵਿਦਵਾਨ ਉੱਥੇ ਮਾਰਿਆ ਗਿਆ, ਕਿਹੜਾ ਲੈਕਚਰ ਕਰਨ ਵਾਲਾ ਕਥਾਵਾਚਕ ਉੱਥੇ ਮਰਿਆ, ਖਿਮਾ ਕਰਿਓ। ਤੇ ਮੈਂ ਸਿਰਫ ਇੱਕ ਸੁਪਨਾ ਹੈ, ਉਦੋਂ ਵੀ ਇਹ ਲੋਕ ਜਿਉਂਦੇ ਸਨ 26 ਸਾਲ ਪਹਿਲਾਂ, ਉਦੋਂ ਪਤਾ ਸੀ ਕਿ ਬਾਪੂ ਡਾਂਗ ਵਾਲਾ ਬੈਠਾ, ਕਿਸੇ ਦੀ ਜ਼ਰੂਰਤ ਨਹੀਂ ਸੀ ਉਹ ਬੋਲ ਸਕੇ, ਖਿਮਾ ਕਰਿਓ, ਉਦੋਂ ਬੋਲੇ ਨਹੀਂ, ਉਦੋਂ ਡਾਂਗ ਸੀ। ਅੱਜ ਅਸੀਂ ਹੱਥ ਜੋੜ ਕੇ ਕਹੀਏ ਵੀ ਸੈਮੀਨਾਰ ਲਈ ਮੰਨ ਜਾਣਗੇ, ਬਿਲਕੁਲ ਨਹੀਂ। ਆਪਣੇ ਗੁਰੂ ਤੇ ਪੂਰਨ ਯਕੀਨ ਕਰੀਏ ਤੇ ਤੋਪਾਂ, ਗੋਲੀਆਂ, ਟੈਂਕ ਇਹ ਕੌਮ ਕਦੀ ਖਤਮ ਨਹੀਂ ਕਰ ਸਕਦੇ, ਖਤਮ ਹੋਣੀ ਵੀ ਨਹੀਂ, ਇਹ ਸਾਡੇ ਹੀ ਭੁਲੇਖਾ ਹੈ। ਜੇ ਅਕਾਲ ਪੁਰਖ ਜੁਗੋ ਜੁਗੋ ਟਲ ਹੈ ਤੇ ਜਿਹਦਾ ਸੈਨਾਪਤੀ ਅਟਲ ਉਹਦੀ ਫੌਜ ਮਰ ਜਾਓ, ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਬਸ ਇੱਕ ਥੋੜਾ ਜਿਹਾ ਖੇਦ ਜ਼ਰੂਰ ਹੁੰਦਾ ਕਿ ਰੁੱਖ ਹਨੇਰੀ ਚੱਲਦੀ ਏ, ਉਹ ਡੇਗਣ ਦਾ ਯਤਨ ਕਰਦੀ ਏ ਹਨੇਰੀ, ਮੈਂ ਸਿਰਫ ਸਮਾਪਤੀ ਕਰਨ ਲੱਗਾ, ਉਹ ਕਈ ਵਾਰੀ ਵਿਚਕਾਰੋਂ ਟੁੱਟ ਜਾਂਦਾ ਫਿਰ ਉਹ ਪੁੰਗਰ ਆਉਂਦਾ ਹੈ, ਕਈ ਵਾਰੀ ਉਹਦੀ ਜੜ ਖਿਲਦੀ ਏ, ਉਹ ਡਿੱਗਦਾ ਡਿੱਗਦਾ ਫਿਰ ਖਲੋ ਜਾਂਦਾ, ਕਈ ਵਾਰੀ ਪਾਣੀ ਉਹਦੀਆਂ ਟਾਹਣੀਆਂ ਸ਼ਾਖਾਵਾਂ ਨੂੰ ਰੋੜਦੇ ਨੇ, ਉਹ ਫਿਰ ਖਲੋ ਜਾਂਦਾ। ਪਰ ਇੱਕ ਸੱਜਣ ਨੇ ਲਿਖਿਆ ਹੈ ਕਿ ਹਨੇਰੀਆਂ ਦਾ ਮੁਕਾਬਲਾ ਕਰਨ ਵਾਲਾ, ਪਾਣੀਆਂ ਦਾ ਮੁਕਾਬਲਾ ਕਰਨ ਵਾਲਾ, ਆਫਤਾਂ ਦਾ ਮੁਕਾਬਲਾ ਕਰਨ ਵਾਲਾ, ਜਦੋਂ ਉਹਨੂੰ ਛੋਟੇ ਜਿਹੇ ਲੋਹੇ ਦੇ ਕੁਹਾੜੇ ਨਾਲ ਵਾਰ ਕੀਤਾ ਤੇ ਰੁੱਖ ਦੇ ਤਣੇ ਵਿੱਚੋਂ ਪਾਣੀ ਆ ਗਿਆ। ਸਿਰ ਮੈਂ ਬੇਨਤੀ ਮੇਰੀ ਸਾਰੀ ਤੁਸੀਂ ਸਮਝ ਜਾਓਗੇ, ਜਿਹੜੇ 84 ਭੁਲਾਣ ਦੀ ਗੱਲ ਵੀ ਕਹਿੰਦੇ ਆ, ਤੇ ਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਜੀ ਨੂੰ ਕਿ ਕਿਰਪਾ ਕਰੋ, ਉਹ ਭੁਲਾਣ ਦੀ ਗੱਲ ਕਰਦੇ ਆ, ਤੁਸੀਂ ਅਕਾਲ ਤਖ਼ਤ ਦੇ ਨੇੜੇ ਯਾਦਗਾਰ ਬਣਾ ਦਿਓ, ਕਹਿਣਾ ਸੌਖਾ ਹੈ। ਜੇ ਬਾਬਾ ਗੁਰਬਖਸ਼ ਸਿੰਘ ਸ਼ਹੀਦ ਦਾ ਬੁੰਗਾ ਕਾਇਮ ਹੋ ਸਕਦਾ ਹੈ,
ਤੇ ਸੰਤ ਬਾਬਾ ਜਰਨੈਲ ਸਿੰਘ ਦੀ ਯਾਦ ਕਿਉਂ ਨਹੀਂ ਬਣ ਸਕਦੀ ਉੱਥੇ? ਕਿਉਂਕਿ ਆਪਾਂ ਦੂਜੇ ਨੂੰ ਗੱਲ ਕਰਨੀ ਬੜੀ ਸੌਖੀ ਹੈ। ਉਹ ਰੁੱਖ ਨੇ ਹਰ ਇੱਕ ਦਾ ਮੁਕਾਬਲਾ ਕੀਤਾ, ਖਨੇਰੀ ਦਾ, ਪਾਣੀ ਦਾ, ਪਰ ਜਦੋਂ ਕੁਹਾੜਾ ਵੱਜਾ ਥੋੜਾ ਜਿਹਾ ਉਹਦੇ ਵਿੱਚੋਂ ਪਾਣੀ ਸਿੰਭਾਇਆ। ਉਹਨਾਂ ਕਿਹਾ, ਰੁੱਖ ਤੂੰ ਤਾਂ ਮੁੱਦਤਾਂ ਤੋਂ ਆਫਤਾਂ ਦਾ ਮੁਕਾਬਲਾ ਕਰਦਾ ਰਿਹਾ, ਤੂੰ ਡਿੱਗਦਾ ਡਿੱਗਦਾ ਵੀ ਪੁੰਗਰ ਗਿਆ, ਅੱਜ ਨਿੱਕਾ ਜਿਹਾ ਲੋਹੇ ਦਾ ਕੁਹਾੜਾ ਵੱਜਾ ਤੇ ਤੇਰੇ ਵਿੱਚੋਂ ਪਾਣੀ ਸਿੰਮ ਆਇਆ, ਕਿ ਇਸ ਲੋਹੇ ਦੇ ਟੁਕੜੇ ਤੋਂ ਘਬਰਾ ਗਿਆ? ਉਹ ਕਹਿੰਦਾ, ਸੱਚਾਈ ਇਹ ਵੇ, ਮੈਨੂੰ ਲੋਹੇ ਦੇ ਕੁਹਾੜੇ ਦਾ ਵੇਖ ਕੇ ਕੋਈ ਡਰ ਨਹੀਂ, ਦੁੱਖ ਇਸ ਕਰਕੇ ਲੱਗਾ, ਮੇਰੀ ਲੱਕੜ ਦਾ ਬਣਾ ਦਸਤਾ ਕੁਹਾੜੇ ਵਿੱਚ ਪੈ ਕੇ ਮੈਨੂੰ ਵੱਢਣ ਆ ਗਿਆ। ਬਸ ਇਸ ਗੱਲ ਚੇਤੇ ਰੱਖਿਓ, ਕਿਤੇ ਲੋਕ ਦਸਤੇ ਤਾਂ ਨਹੀਂ ਬਣ ਗਏ? ਇਕੱਲੀ ਤੋਹ ਪਾਵੇ, ਇਕੱਲੀ ਕੋਈ ਹੋਰ ਚੀਜ਼ ਆਵੇ, ਉਹਦੀ ਕੋਈ ਪਰਵਾਹ ਨਹੀਂ। ਪਰ ਚੇਤੇ ਰੱਖਿਓ, ਜਦੋਂ ਉਸੇ ਗੁਰੂ ਦਾ ਅੰਮ੍ਰਿਤ ਪਾਨ ਕਰਕੇ ਤੇ ਕਿਰਪਾਨ ਪਾ ਕੇ ਕੁਹਾੜੇ ਦਾ ਦਸਤਾ ਬਣ ਕੇ ਉਸੇ ਗੁਰੂ ਤੇ ਵਾਰ ਕਰਦੇ ਨੇ, ਬਸ ਦਸਤੇ ਦਾ ਅਫਸੋਸ ਹੈ, ਸਾਨੂੰ ਕੁਹਾੜੇ ਦਾ ਕੋਈ ਅਫਸੋਸ ਨਹੀਂ। ਸਤਿਗੁਰੂ ਕਿਰਪਾ ਕਰੇ, ਉਸ ਮਹਾਨ ਜਰਨੈਲ ਨੂੰ ਆਪ ਜੀ ਨੇ ਯਾਦ ਕੀਤਾ ਤੇ ਅੱਜ ਵੀ ਮੈਂ ਸੁਬਹ ਇੱਕ ਪਰਿਵਾਰ ਵਿੱਚ ਦਿੱਲੀ ਬਕਾਇਦਾ ਅਰਦਾਸ ਕਰਕੇ ਆਇਆ। ਹਰ ਸਿੱਖ ਦਾ ਫਰਜ਼ ਬਣਦਾ ਹੈ ਕੋ ਇਹਨਾਂ ਦਿਨਾਂ ਵਿੱਚ ਆਪਣੇ ਘਰ ਵਿੱਚ ਦੇਗ ਬਣਾ ਕੇ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਰਦਾਸ ਕਰੇ, ਸਹਿਜ ਪਾਠ ਕਰੇ। ਪਰ ਕਿੰਨੇ ਕੁ ਗੁਰਦੁਆਰਿਆਂ ਨੇ ਅੱਜ ਆ ਦਿਨ ਮਨਾਇਆ ਹੈ? ਤੁਸੀਂ ਦੇਖੋ, ਵਕਤੀ ਤੌਰ ਤੇ ਅਸੀਂ ਡਰ ਰਹੇ ਹਾਂ, ਕਿਉਂਕਿ ਹੋ ਸਕਦਾ ਹੈ ਕਿ ਜਿਨ੍ਹਾਂ ਨਾਲ ਸਾਡਾ ਸੰਬੰਧ ਹੈ ਅੱਗੇ ਟਿਕਟਾਂ ਮਿਲਦੀਆਂ ਨੇ, ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਬਾਬਾ ਜਰਨੈਲ ਸਿੰਘ ਨੂੰ ਯਾਦ ਕੀਤਾ ਤੇ ਉਹ ਹੱਥ ਨਾ ਖਿੱਚ ਲੈਣ। ਇਹ ਡਰੇ ਕਿ ਸਾਡੇ ਸਰਕਾਰੇ ਦਰਬਾਰੇ ਕੰਮ ਹੁੰਦੇ ਨੇ ਉਹ ਨਾ ਰੁਕ ਜਾਣ। ਪਿਆਰਿਓ ਚੇਤੇ ਰੱਖੋ, ਤੁਸੀਂ ਗੁਰਦੁਆਰਿਆਂ ਚ ਨਹੀਂ ਮਨਾਓਗੇ, ਆ ਜਿਹੜੇ ਨੌਜਵਾਨ ਬੈਠੇ ਨੇ ਕੱਲ ਨੂੰ ਇਹ ਜ਼ਰੂਰ ਗੁਰਦੁਆਰਿਆਂ ਚ ਮਨਾਉਣ। ਸਤਿਗੁਰੂ ਕਿਰਪਾ ਕਰੇ, ਇਹਨਾਂ ਮਹਾਨ ਸ਼ਹੀਦਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਸਿਰਫ ਬਾਣੀ ਨਾਲ, ਭਾਵਨਾ ਨਾਲ, ਪਰ ਜੋ ਬਾਬਾ ਜਰਨੈਲ ਸਿੰਘ ਉਹਨਾਂ ਨੇ ਕਿਹਾ ਇੱਥੇ ਗੱਲ ਨਹੀਂ ਮੁੱਕੀ ਅਜੇ, ਇਹ ਤਾਂ ਗੱਲ ਸ਼ੁਰੂ ਹੋਈ ਹੈ। ਜੇ ਜਦੋਂ ਆਦਮੀ ਪਹਾੜ ਤੇ ਚੜ੍ਹਦਾ ਕਈ ਵਾਰੀ ਨਿਵਾਣ ਵੀ ਆਉਂਦੀ ਏ, ਪਰ ਨਿਵਾਣ ਦਾ ਅਰਥ ਇਹ ਨਹੀਂ ਕਿ ਉਹ ਡਿੱਗ ਪਿਆ ਹੈ। ਇੱਕ ਵਿਦਵਾਨ ਨੇ ਕਿਹਾ ਸ਼ਹੀਦ ਡਿੱਗਦਾ ਹੈ, ਉਹਦਾ ਮਤਲਬ ਇਹ ਨਹੀਂ ਕਿ ਡਿੱਗਣ ਦਾ ਅਰਥ ਉਹ ਖਤਮ ਹੋ ਗਿਆ, ਉਹ ਡਿੱਗਦਾ ਕੌਮ ਨੂੰ ਉਠਾਉਣ ਲਈ, ਉਹ ਮਰਦਾ ਹੈ ਕੌਮ ਨੂੰ ਜਿਵਾਉਣ ਲਈ, ਉਹ ਸੌਂਦਾ ਹੈ ਕੌਮ ਨੂੰ ਜਗਾਉਣ ਦੇ ਲਈ। ਅਸੀਂ ਉਸ ਢਲਾਈ ਨੂੰ ਮਤ ਸਮਝੀਏ ਕਿ ਸਫ਼ਰ ਰੁਕ ਗਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਉਸ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਵਿੱਚ ਪਤਾ ਨਹੀਂ ਕਿੰਨੇ ਕੁ ਗੁਮਨਾਮ ਸ਼ਹੀਦ ਨੇ। ਅੱਜ ਮੈਂ ਪੜ੍ਹ ਰਿਹਾ ਸਾਂ ਕਿ ਅੱਖੀ ਡਿੱਠੇ ਖਾਲ ਵਿੱਚੋਂ ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਦੇ ਜਾਂਦੇ ਪਏ ਨੇ, ਕਿਸੇ ਸਿੱਖ ਦੇ ਕੇਸ ਬਾਹਰ ਟਰੱਕ ਤੋਂ ਨੇ, ਕਿਸੇ ਦੀਆਂ ਲੱਤਾਂ ਟਰੱਕ ਤੋਂ ਬਾਹਰ ਨੇ। ਇੱਥੋਂ ਤੱਕ ਕਿ ਇੱਕ ਡਾਕਟਰ ਦਾ ਬਿਆਨ ਸੀ ਕਿ ਜਦੋਂ ਪੋਸਟਮਾਰਟਮ ਕਰ ਰਹੇ ਨੇ ਤੇ ਇੱਕ ਸਿੰਘ ਜਿਹਦਾ ਪੋਸਟਮਾਰਟਮ ਕਰ ਲਈ ਲਿਆਂਦਾ ਗਿਆ, ਉਹਦੇ ਸਵਾਸ ਚੱਲ ਰਹੇ ਸਨ, ਡਾਕਟਰ ਨੇ ਕਹਿ ਦਿੱਤਾ ਇਹ ਜਿੰਦਾ ਹੈ। ਕੋਲ ਫੌਜੀ ਖਲੋਤੇ ਨੇ ਗੋਲੀ ਮਾਰੀ, ਕਹਿਣ ਲੱਗਾ ਤੂੰ ਆਪਣਾ ਕੰਮ ਕਰ, ਇਹ ਜਿੰਦਾ ਨਹੀਂ। ਬੱਚਿਆਂ ਨੂੰ ਸਰੋਰ ਵੀ ਸੱਟਿਆ ਗਿਆ, ਉਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ। ਸਤਿਗੁਰੂ ਕਿਰਪਾ ਕਰੇ, ਇਹ ਨੌਜਵਾਨ ਵੀਰ ਜੋ ਦਿਨ ਮਨਾ ਰਹੇ ਨੇ, ਇਹਨੂੰ ਨਾ ਜਜ਼ਬਾਤ ਤੇ ਨਾ ਆਕੀਪਨ ਸਮਝਣਾ, ਨਾ ਇਹ ਸਮਝਣਾ ਕਿ ਕੇਵਲ ਆਪਾਂ ਗੱਲਾਂ ਨਾਲ, ਸ਼ਹਾਦਤ ਸੱਚਾਈ ਵਾਲੀ ਉਹ ਸਦੀਵ ਕਾਲ ਲਈ ਰਹਿੰਦੀ ਹੈ, ਤੇ ਜਿਹੜਾ ਸ਼ਹੀਦ ਹੁੰਦਾ ਉਹਦੀ ਜ਼ਿੰਦਗੀ ਵੀ ਕੁਝ ਹੋਰ ਹੁੰਦੀ ਹੈ। ਇੱਕ ਦਿਨ ਆਪ ਜੀ ਨੇ ਕਿਹਾ ਸੀ ਬਾਬਾ ਜਰਨੈਲ ਸਿੰਘ ਉਹਨਾਂ ਦਾ ਬਚਨ, ਕਹਿਣ ਲੱਗੇ ਜਦੋਂ ਖੱਫਣ ਸਿਰ ਤੇ ਬੰਨ ਲਈਏ ਫਿਰ ਨੇੜੇ ਕੋਈ ਵੀ ਨਹੀਂ ਢੁੱਕਦਾ ਹੁੰਦਾ। ਉਰਦੂ ਦੇ ਵਿਦਵਾਨ ਨੇ ਕਿਹਾ ਜੋ ਆਸ਼ਕ ਹੈ ਸ਼ਹਾਦਤ ਕੇ, ਵੋ ਜੀਨਾ ਛੋੜ ਦੇਤੇ ਹੈ, ਖਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਨਾ ਤਾਜ ਨਾ ਖੂਰੋ ਕੀ ਖਸਰਤ ਹੈ, ਖੁਦਾ ਵੀ ਖੁਦਾਈ ਦੇ ਤੋ ਵੋ ਮੋੜ ਦੇਤੇ ਹੈ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਵੋ ਮੌਤ ਵੀ ਹਯਾਤ ਹੈ। ਸ਼ਾਇਦ ਇਸ ਮੁਲਕ ਨੂੰ ਭੁੱਲ ਗਿਆ, ਮੈਂ ਸਮਾਪਤੀ ਕਰਨ ਲੱਗਾ। ਕਹਿਣ ਲੱਗੇ ਗੁਲਸਤਾਂ ਕੋ ਜਬ ਖੂਨ ਕੀ ਜ਼ਰੂਰਤ ਪੜੀ, ਸਭ ਸੇ ਪਹਿਲੇ ਗਰਦਨ ਕਟਾਈ ਹਮਨੇ, ਅਬ ਬਹਾਰ ਆਈ ਯੇ ਅਹਲੇ ਚਮਨ ਕਹਤੇ ਹੈ, ਚਮਨ ਹਮਾਰਾ ਹੈ ਤੁਮਾਰਾ ਨਹੀਂ। ਸਤਿਗੁਰੂ ਕਿਰਪਾ ਕਰੇ,
ਸਾਨੂੰ ਉਹਨਾਂ ਨੂੰ ਯਾਦ ਕਰਨ ਦੀ ਤੌਫੀਕ ਹੀ ਬਖਸ਼ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।